ਸਤਿ ਸ਼੍ਰੀ ਅਕਾਲ ਜੀ, ਵੈਲਕਮ ਕਰਦੇ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਜਿਹੜੀ ਹੋ ਚੁੱਕੀ ਆ, ਅਤੇ ਆਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ। ਅਤੇ ਹੁਣ ਪਿੰਡ ਆ ਗਏ ਆ, ਪ੍ਰਾਹੁਣੇ ਗੈਸਟ ਆਏ ਆ, ਦੀਪ ਭੈਣ ਹੋਣੀ ਆਏ ਛੁੱਟੀਆਂ ਕੱਟਣ, ਨਾਲ ਸਾਰੀ ਫੈਮਿਲੀ ਦੇ ਬੱਚੇ ਵੀ ਆਏ ਆ। ਅਤੇ ਅਨਹਦ ਵੀ ਤਿਆਰੀ ਕਰਨ ਡਈ ਆ ਜਾਣ ਦੀ ਪਿੰਡ, ਕਿ ਜਲਦੀ ਜਲਦੀ ਮੈਂ ਹੁਣ ਉੱਥੇ ਜਾ ਕੇ ਅਤੇ ਉਹਨਾਂ ਕੋਲ ਰਹਿ ਕੇ ਆਵਾਂ। ਅਨੰਦ ਵੀ ਰੈਡੀ ਆ ਅਤੇ ਮੈਂ ਵੀ ਰੈਡੀ ਹਾਂ, ਚੱਲਿਆ ਹੁਣ ਮੈਂ ਦੁਕਾਨ 'ਤੇ। ਅਨੰਦ ਨੂੰ ਮੈਂ ਜਾਂਦਾ ਛੱਡ ਕੇ ਜਾਊਂਗਾ ਘਰ, ਉਸ ਤੋਂ ਬਾਅਦ ਫਿਰ ਦੁਕਾਨ ਤੋਂ ਹੋ ਕੇ ਫਿਰ ਮਿਲਦੇ ਹਾਂ ਬੱਚਿਆਂ ਨੂੰ ਵੀ। ਵਿਪਲ ਨੂੰ ਮੈਂ ਕਿਹਾ ਪਲੇਟ ਲੈ ਕੇ ਆ ਤੇਰੇ ਲਈ, ਮੈਂ ਲੈ ਕੇ ਆਇਆ ਦੂਜੀਆਂ ਉਹ ਇਹ ਪੈਟੀ ਨਹੀਂ ਹੁੰਦੀਆਂ ਸੌਸ ਲਾ ਕੇ ਯੰਮੀ ਯੰਮੀ ਵਾਲੀਆਂ, ਉਹ ਸਰਗੁਣ ਤੂੰ ਵੀ ਖਾਣੀ ਹੋ? ਨਹੀਂ, ਸਰਗੁਣ ਨਹੀਂ ਖਾਂਦਾ, ਖੰਘ ਬੜੀ ਆਉਂਦੀ ਹੈ। ਸਰਗੁਣ ਨਹੀਂ ਖਾਣੀ? ਸਰਗੁਣ ਨਹੀਂ ਖਾਣੀ। ਤੂੰ ਖਾਣੀ ਹੈ? ਨਹੀਂ, ਮੰਮੀ ਨੇ ਵੀ ਨਹੀਂ ਖਾਣੀ। ਕੋਚ ਸਾਹਿਬ ਆ ਪਹੁੰਚ ਚੁੱਕੇ ਨੇ ਘਰ, ਤੇ ਕੋਚ ਸਾਹਿਬ ਹੁਣ ਤੁਹਾਨੂੰ ਖਾਣ ਲਈ ਬੱਚਿਆਂ ਨੂੰ ਸਮਾਨ ਦੇਣਗੇ, ਕਿਉਂਕਿ ਬੱਚੇ ਜਿਹੜੇ ਆ ਨਾਨਕੇ ਆਏ ਨੇ ਤੇ ਮਾਮਾ ਜੀ ਦਾ ਫਰਜ਼, ਇਹ ਮਾਮਾ ਜੀ ਦਾ ਫਰਜ਼ ਆ ਵੀ ਖਵਾਉਣਾ ਬੱਚਿਆਂ ਨੂੰ, ਲੜਾਉਣਾ, ਹੁਣ ਬੱਚਿਆਂ ਨੂੰ ਸ਼ਾਮਾਂ ਨੂੰ ਘੁਮਾਉਣਾ, ਸ਼ਾਮਾਂ ਨੂੰ ਮੇਲਾ ਵੀ, ਮੇਲੇ ਵੀ ਆਉਣਾ ਜਿਹਾ ਹੁਣ ਇਹ ਤੋਂ ਉੱਤੇ ਕੋਸਾ ਵਾਜਾ ਆਪ ਥਾਲੀਆਂ ਚ ਪਾਉਣਗੇ। ਮੈਂ ਚੱਲ ਬੈਠੇ ਜਾਣੇ ਲੇਡੀ ਲੈਣ ਫਿਰ ਅੱਜ ਬੱਚੇ ਨਜ਼ਾਰੇ ਲਾਓ ਮਾਮੇ ਵੱਡੇ ਦੇ ਸਿਰ ਤੇ। ਭੂੰਜੇ ਦੀਪ ਨੇ ਡੇਰੇ ਲਾਇਆ ਦੀ ਥੱਲੇ ਕੂਲਿੰਗ ਜ਼ਿਆਦਾ ਹੁੰਦੀ, ਇਹਨੂੰ ਪਤਾ ਨੀ ਕਿੰਨੇ ਦੱਸਤਾ ਜੀ ਭਰਾ ਇਹਨੇ ਏਸੀ ਕੀ ਲੈ ਲਿਆ, ਇਹ ਮੱਛੀ ਗਏ ਇਹਨਾਂ ਵੀਰ ਏਸੀ ਕੀ ਲੈ ਲਿਆ, ਇਹ ਆਉਂਦੀਆਂ ਖਰੇ ਸਭ ਕੁਝ ਏਸੀ ਆ, ਰਿਸ਼ਤੇਦਾਰੀਆਂ ਕੋਈ ਚੀਜ਼ ਹੀ ਨਹੀਂ ਆ, ਭੈਣ ਭਰਾ ਕੋਈ ਚੀਜ਼ ਹੀ ਨਹੀਂ, ਏਸੀ ਨਹੀਂ। ਉਹ ਮੰਮੀ ਸੱਤਰਬਾਦ ਦੀ ਨਹੀਂ, ਤੇਰੇ ਜਿੱਡਾ ਮੇਰਾ ਮੁੰਡਾ ਹੋ ਗਿਆ ਅਜੇ ਤੂੰ ਮੈਨੂੰ ਹਾਂ ਉਹ ਏਸੀ ਲਾ ਕੇ ਡੀਸੀ ਕਰੰਟ ਕੱਢਣ ਦਾ ਆਹੋ ਆਵੇ ਲਾ ਓਡਾ, ਤੇਰੇ ਜਿੱਡਾ ਮੇਰਾ ਮੁੰਡਾ ਹੋ ਗਿਆ ਤੇ ਮੈਨੂੰ ਛਿੱਤਰ ਮਾਰ ਦੀ, ਮਾਰਨਾ ਨਹੀਂ ਤੂੰ ਏਸੀ, ਏਸੀ ਮਸ਼ਹੂਰ ਕੀਤਾ ਮੇਰਾ ਤੇ ਹੋਰ ਕੀ, ਤੂੰ ਕੀਤੀ ਵੀ ਇਦਾਂ ਹੜਨਾ ਕੀ 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 ਵੀ ਏਸੀ ਲਾ ਲਿਆ ਤੇ ਸਾਡੇ ਪਿੰਡ ਵੀ ਆਈ ਤੂੰ ਪਹਿਲੋ ਆਪ ਚੈੱਕ ਕਰਨਗੇ ਮੈਂ ਵੇਟ ਕਰਨ ਡਿਆ ਦੀਪ ਹੁਣਾਂ ਦੀ, ਅਨਹਦ ਹੁਣਾਂ ਦੀ, ਉਹ ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ। ਹੈਲੋ ਸ਼ਗੂ ਭਾਈ, ਸਤਿ ਸ਼੍ਰੀ ਅਕਾਲ, ਕੈਸੇ ਹੋ? ਬਾਕੀ ਟੀਮ ਕਿੱਥੇ ਗਈ? ਅੱਛਾ, ਨਾਨੂ ਨੂੰ ਮਿਲਣ ਲੱਗ ਪਏ? ਉਹਨੂੰ ਨੀ ਮਿਲੇ? ਉਹ ਗੈਸਟ ਨੂੰ, ਸਪੈਸ਼ਲ ਗੈਸਟ ਨੂੰ? ਅਨਹਦ ਤੂੰ ਤਾਂ ਪ੍ਰਾਹੁਣਾ ਬਣ ਗਿਆ ਓਏ, ਹੈ ਮੋਟੂ ਭਾਈ, ਸਤਿ ਸ਼੍ਰੀ ਅਕਾਲ। ਉਹਨੂੰ ਨੀ ਮਿਲਿਆ ਦੀਦੀ ਨੂੰ? ਜਾਓ ਪ੍ਰਾਹੁਣੇ ਹੋ, ਆਉਂਦੇ ਬੱਤੀ ਘੱਲਤੀ ਜੇ, ਹੈ ਜਾਓ ਯਾਰ। ਓ ਬੱਲੇ, ਮੇਰੀ ਟਿੰਡੀ ਵੀ ਆਈ ਆ, ਬੱਲੇ ਬੱਲੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬੱਲੇ ਮੇਰਾ ਮੁੱਤੂ ਆ। ਹੈਲੋ, ਸਤਿ ਸ਼੍ਰੀ ਅਕਾਲ, ਕਿੱਦਾਂ ਗੁਰਨਵਾਜ, ਸਤਿ ਸ਼੍ਰੀ ਅਕਾਲ ਗੁਰਨਵਾਜ, ਸਤਿ ਸ਼੍ਰੀ ਅਕਾਲ ਗੁਰਨਵਾਜ। ਹੈਲੋ ਮੰਮੀ ਲੈ ਆਉਣਾ ਤੁਸੀਂ
ਜਾਓ ਓਏ ਤੁਸੀਂ ਆਉਂਦੇ ਬੱਤੀ ਬੰਦ ਕਰਤੀ ਯਾਰ ਚੰਗੇ ਪ੍ਰਾਹੁਣੇ ਜੇ ਤੁਸੀਂ ਸਾਡੇ ਜਾ ਯਾਰ ਬੜੀ ਲੇਟ ਆ ਜੀ ਸਾਢੇ 11 ਪੌਣੇ 12 ਵਜੇ ਇੰਨੇ ਕੁ ਵਜੇ ਆਈ ਰਾਤੀ ਇਹ ਸਾਡਾ ਵੀ ਸਕੂਲ ਆ ਮੈਂ ਵੀ ਸੁਜਿੰਦਰ ਵੀ ਦੀਦੀ ਵੀ ਉਹਨਾਂ ਦੇ ਨਿੱਕੇ ਨਿੱਕੇ ਹੁੰਦੇ ਆ ਨਿੱਕੇ ਨਿੱਕੇ ਹੁੰਦੇ ਹਨਾ ਰੋਪਾ ਪੈ ਗਿਆ ਸਾਡੇ ਵੀ ਲੈਂਟਰ ਪੈ ਚੱਲੇ ਸਾਡੇ ਅਸੀਂ ਤਾਂ ਇਹ ਜਦੋਂ ਪ੍ਰਿੰਸ ਸਾਡੇ ਦਾ ਠਾਕਾ ਸੀ ਬੰਗਲੇ ਬੰਗਲੇ ਅਜੇ ਹੋਰ ਜ਼ਿਆਦਾ ਹੋ ਜਾਣੇ ਸ਼ਾਮ ਤੱਕ ਸ਼ਾਇਦ ਆਪਣੇ ਵੀ ਉਧਰ ਆ ਮੇਰੀ ਚੜੀ ਹੁੰਦੀ ਫੇਰ ਗੱਲ ਇਹ ਦੀਦੀ ਰੋਜ਼ ਗੱਲ ਹੋਈ ਪਰ ਆਉਂਦਾ ਬੱਤੀ ਵੀ ਆਉਣੀ ਭੈਣ ਨਹੀਂ ਬੱਤੀ ਨਹੀਂ ਹੁਣ ਭੈਣ ਜਦੋਂ ਲੈਂਟਰ ਪਊਗਾ ਫੇਰ ਹੀ ਤੁਹਾਨੂੰ ਖਵਾਉਣਾ ਥੈਂਕ ਯੂ ਜਿਆਦਾ ਵੱਡਾ ਸੀ ਨਾ ਕੋਲੀ ਵਾਲ ਚਲ ਜੂਗੀ ਦੁੱਧ ਪਾਉਣ ਉਹ ਇਹਦੇ ਬੱਚੇ ਆ ਆਵੇ ਦੋਵੇਂ ਜਾਣੇ ਆਵੇ ਲੈਂਟਰ ਦੇ ਪ੍ਰਾਹੁਣੇ ਆ ਗਏ ਟਾਈਮ ਨਾਲ ਤੁਸੀਂ ਲੇਟ ਨੀ ਹੋਵੇ ਲੈਂਟਰ ਤੇ ਪੈ ਗਿਆ ਮੈਂ ਤੈਨੂੰ ਦੱਸਣ ਤਾਂ ਨਹੀਂ ਹਾਂ ਨਿਆਮਤ ਨੀ ਆਇਆ ਕਿਉਂ ਤੂੰ ਕੀ ਪੀਣ ਦਿਆ ਵਾ ਹੈ ਕੱਖ ਨੀ ਮਿਲਿਆ ਦੀਪ ਦੀਪ ਦੀਦੀ ਹਵਾ ਵਾਲੀ ਬੱਤੀ ਦਾ ਭਾਬੀ ਆਡੀ ਨੂੰ ਡਰਾਤਾ ਉਹ ਦੀਦੀ ਨੇ ਅੱਜ ਇੱਥੇ ਵੀ ਆ ਗਈ ਆ ਇੱਕ ਵਾਰੀ ਪਹਿਲਾਂ ਆਣ ਕੇ ਤੜਕਾ ਜਿਹਾ ਮਚਾ ਦੇ ਦੋ ਕੀ ਆ ਜਿਹੜਾ ਮੇਨ ਤੁਸੀਂ ਖਾਣ ਆਏ ਜੇ ਜਰਦਾ ਬਣਿਆ ਉਹ ਮੈਨੂੰ ਲੱਗਦਾ ਦੋਵੇਂ ਏਸੀ ਚੱਲਣ ਦੇ ਕੋ ਬਾਹਰ ਥੈਂਕ ਯੂ ਸ਼ਕਲ ਵੀ ਸੋਹਣੀ ਤੇ ਅਕਲ ਵੀ ਸੋਹਣੀ ਤੁਹਾਨੂੰ ਕਿੱਦਾਂ ਲੱਗਾ ਮੇਲੀ ਫੇਵਰਟ ਮੇਰੀ ਨੌਣੇ ਪਨੀਰ ਬਣਾਇਆ ਮੈਂ ਮੇਲੀ ਜਿਸ ਨੇ ਮੇਰੇ ਫੇਵਰਟ ਰਾਜਮਾ ਬਣਾਏ ਇਹ ਵੀ ਤੇ ਬਣਾਇਆ ਸਾਰਾ ਮੇਰੇ ਲਈ ਆ ਮੇਨ ਗੈਸਟ ਸਾਡੇ ਅੱਜ ਦੇ
ਦੀ ਤੁਸੀਂ ਕਹੋ ਮੇਰੇ ਕਰਕੇ ਤੁਹਾਨੂੰ ਸਾਰਿਆਂ ਨੂੰ ਸਿੰਪਲ ਦਾ ਹੀ ਨਹੀਂ ਹੈਗਾ, ਮੈਂ ਸਾਰੇ ਚ ਮੂੰਗਰਾ ਪਾਤਾ ਮਾਣੋ ਤੇਰੇ ਬਲੂੰਗੇ ਆਵੇ ਆ ਗਈ ਹੈ ਦੋਵੇਂ ਬਿੱਲੀ ਵੀ ਆਓ ਵੇਖੋ ਦੋਵੇਂ ਆ ਲੈ ਕੇ ਜਾਂਦੇ ਬੱਚੇ ਆਓ ਜਾਂਦੇ ਅਸੀਂ ਆਪਣੇ ਟਾਈਮ ਨਾਲ ਖਵਾਈ ਪਰ ਅਸੀਂ ਅਜੇ ਹੋਰ ਵੀ ਲੇਟ ਹੁੰਦੇ ਆ, ਮੈਂ ਕਿਹਾ ਪ੍ਰਾਹੁਣੇ ਸਵਖਤੇ ਖਾ ਲੈਂਦੇ ਬੈਰੋ ਸਵੇਰੇ ਚੱਲ ਜਿਓ ਡੈਡੀ ਨੂੰ ਹੀ ਸੱਦ ਲੈਨੇ ਕਿੰਨੀ ਰੌਣਕ ਲੱਗੀ ਯਾਰ ਰੌਣਕ ਛੱਡ ਕੇ ਚੱਲੇ ਰਹਿ ਜਾਓ ਗੁਰਨਵਾਜ ਸਵੇਰੇ ਚੱਲ ਜਿਓ ਗੁਰਨਵਾਜ ਸਵੇਰੇ ਚੱਲ ਜਿਓ ਸਵੇਰੇ ਚੱਲ ਜਿਓ ਆਹੋ ਸਵੇਰੇ ਚੱਲ ਜਿਓ ਕਹਿੰਦਾ ਮੈਂ ਨੀ ਜਾਣਾ ਉਹਨੂੰ ਪਤਾ ਲੱਗ ਗਿਆ ਚੱਲੇ ਤੂੰ ਤਾਂ ਕਰਨ ਦਿਆ ਪਏ ਸਿਆਣੇ ਪਾਣਾ ਦਾ ਨਿਆਣੇ ਦਾ ਕੀ ਹੋਣਾ